ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਬਰਮਿੰਗਮ ਲਾਇਬ੍ਰੇਰੀ ਵਿੱਚ ਵੱਖ-ਵੱਖ ਧਰਮਾਂ ਦੇ 550 ਸਾਜੀਆਂ ਗਾਇਕਾਂ ਗਾਇਕਾਵਾਂ ਵੱਲੋਂ ਸ਼ਬਦ ਗਾਇਨ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਗਿਆ। ਗਲੋਬਲ ਸਿੱਖ ਵਿਜ਼ਨ ਵੱਲੋਂ ਰਵਿੰਦਰ ਸਿੰਘ ਕੋਹਲੀ ਦੇ ਉਦਮ ਸਦਕਾ ਕਰਵਾਏ ਗਏ ਇਸ ਸਮਾਗਮ ਵਿੱਚ ਉਸਤਾਦ ਪ੍ਰੀਤਮ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਧਰਮਾਂ ਦੇ ਬੱਚਿਆਂ, ਬੀਬੀਆਂ ਤੇ ਪੁਰਸ਼ਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸ਼ਬਦ ਗਾਇਨ ਕੀਤੇ। ਕੀਰਤਨ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਜਿੱਥੇ ਲਾਇਬ੍ਰੇਰੀ ਦੇ ਮੇਨ ਹਾਲ ਵਿੱਚ ਗਰੁੱਪ ਵਿੱਚ ਬੈਠੇ, ਉੱਥੇ ਹੀ ਪੌੜੀਆਂ ਅਤੇ ਲਾਇਬ੍ਰੇਰੀ ਦੀਆਂ 4 ਮੰਜ਼ਲਾਂ ਉੱਤੇ ਖੜ੍ਹੇ ਹੋ ਕੇ ਸ਼ਬਦ ਕੀਰਤਨ ਵਿੱਚ ਹਿੱਸਾ ਲਿਆ। ਬੁੱਕ ਆਫ ਗਿਨੀਜ਼ ਵਰਲਡ ਰਿਕਾਰਡ ਵੱਲੋਂ ਮੌਕੇ ਉੱਤੇ ਹੀ ਰਵਿੰਦਰ ਸਿੰਘ ਕੋਹਲੀ ਨੂੰ ਸਰਟੀਫਿਕੇਟ ਜਾਰੀ ਕੀਤਾ ਗਿਆ। ਸਮਾਗਮ ਵਿੱਚ ਮਹਾਰਾਣੀ ਦੇ ਡਿਪਟੀ ਲੈਫਟੀਨੈਂਟ ਮਿਕ ਲਾਵੇਰਟੇ ਨੂੰ ਸਮਾਗਮ ਦੇ ਮੁੱਖ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ। ਯੂਕੇ ਦੀ ਪਹਿਲੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ, ਪੁਲਿਸ ਚੀਫ ਵਨੀਸਾ ਜਾਰਡਨ, ਜੈ ਸਿੰਘ ਸੋਹਲ, ਭੁਪਿੰਦਰ ਕੌਰ ਕੋਹਲੀ, ਸਰਬਜੀਤ ਸਿੰਘ ਖਹਿਰਾ, ਗੁਰਜੀਤ ਕੌਰ ਬੈਂਸ ਗ੍ਰੈਵਜ਼ੈਨ, ਕਿੰਦੀ ਖਹਿਰਾ ਆਦਿ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਪ੍ਰਬੰਧਕਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਜਸਕਰਨ ਸਿੰਘ ਕੋਹਲੀ ਵੱਲੋਂ ਤਿਆਰ ਕੀਤੀ ਸਰਕਾਰੀ ਖਾਲਸਾ ਦੇ ਅਸਲੀ ਸਿੱਕਿਆਂ ਦੀ ਪ੍ਰਦਰਸ਼ਨੀ ਲਗਾਈ ਗਈ। ਸੰਸਥਾ ਵੱਲੋਂ BBC ਚਿਲਡਰਨ ਨੂੰ ਮਾਈਕ ਸਹਾਇਤਾ ਦਿੱਤੀ ਗਈ। ਆਖਿਰ ਵਿੱਚ ਜੱਗੀ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਵਿਸ਼ਵ ਭਰ ਦੇ ਵਿੱਚ ਸਿੱਖਾਂ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਪ੍ਰਕਾਸ਼ ਪੁਰਬ ਜਿਹੜਾ ਆਪੋ ਆਪਣੇ ਢੰਗ ਤਰੀਕਿਆਂ ਦੇ ਨਾਲ ਮਨਾਇਆ ਜਾ ਰਿਹਾ। ਸ਼ਰਧਾ ਬਸ ਜਿੱਥੇ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਨੇ, ਉੱਥੇ ਹੀ ਜਿਹੜੇ ਬਾਹਰ ਖੁੱਲ੍ਹੇ ਪੰਡਾਲਾਂ ਦੇ ਵਿੱਚ ਦੀਵਾਨ ਸਜਾਏ ਜਾ ਰਹੇ ਨੇ, ਉਸੇ ਤਰ੍ਹਾਂ ਇੱਕ ਵਿਲੱਖਣ ਜਿਹਾ ਜਿਹੜਾ ਪ੍ਰੋਗਰਾਮ ਉਲੀਕਿਆ ਬਰਮਿੰਗਮ ਦੀ ਲਾਇਬ੍ਰੇਰੀ ਦੇ ਵਿੱਚ। ਇਹ ਲਾਇਬ੍ਰੇਰੀ ਜਿਹੜੀ ਆ ਉਹ ਬੜੀ ਬਰਤਾਨੀਆ ਦੀ ਇੱਕ ਮਸ਼ਹੂਰ ਲਾਇਬ੍ਰੇਰੀ ਹੈ ਅਤੇ ਇਸ ਦੇ ਵਿੱਚ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਅਤੇ ਉਸ ਦੇ ਪ੍ਰਬੰਧਕ ਰਵਿੰਦਰਪਾਲ ਸਿੰਘ ਕੋਹਲੀ ਸਾਡੇ ਨਾਲ ਨੇ ਅਤੇ ਇਹਨਾਂ ਨਾਲ ਕਰਦੇ ਹਾਂ ਗੱਲਬਾਤ। ਕੋਹਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਦੀ ਤੁਹਾਨੂੰ ਲੱਖ ਲੱਖ ਵਧਾਈ। ਆਪ ਨੂੰ ਵੀ, ਸਾਰੇ ਜਗਤ ਨੂੰ ਜੀ, ਸਾਰਿਆਂ ਨੂੰ ਗੁਰੂ ਮਹਾਰਾਜ ਦੇ 550ਵੇਂ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈਆਂ ਹੋਣ ਜੀ। ਥੋੜ੍ਹਾ ਜਿਹਾ ਸਾਨੂੰ ਬਰੀਫ ਜਿਹਾ ਦੱਸੋ ਕਿ ਇਸ ਪ੍ਰੋਗਰਾਮ ਦਾ ਤੁਹਾਡੇ ਕਿਵੇਂ ਆਈਡੀਆ ਆਇਆ ਅਤੇ ਇਸ ਕੀ ਕਰਨ ਤੁਸੀਂ ਜਿਹੜਾ ਉਹ ਜਾ ਰਹੇ ਹੋ? ਭਾਈ ਸਾਹਿਬ, ਆਪ ਨਾਰਾਇਣ ਕਲਾ ਤਾਰ ਜਗਮੇ ਪਰਵਰਿਓ ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ। ਸਾਡਾ ਗੁਰੂ ਇਤਨਾ ਵਿਸ਼ਾਲ ਹੈ, ਇਤਨਾ ਵੱਡਾ ਹੈ, ਗੁਰੂ ਮਹਾਰਾਜ ਦੀ ਇਤਨੀ ਦੇਣ ਹੈ ਅਤੇ ਅਸੀਂ ਸੋਚਿਆ ਕਿ ਕੁਛ ਐਸਾ ਕਰੀਏ ਤਾਂ ਕਿ ਜਿਹੜਾ ਗੁਰੂ ਮਹਾਰਾਜ ਦਾ ਜਿਹੜਾ ਮੈਸੇਜ ਹੈ ਉਹ ਸਾਰੀ ਦੁਨੀਆ ਤੱਕ ਪਹੁੰਚੇ। ਜਿਸ ਦੇ ਵਿੱਚ ਅਸੀਂ ਇਹ ਉਪਰਾਲਾ ਕੀਤਾ ਕਿ ਬਰਮਿੰਗਮ ਦੀ ਜਿਹੜੀ ਬਰਮਿੰਗਮ ਸੈਂਟਰਲ ਲਾਇਬ੍ਰੇਰੀ ਹੈ ਜਿਹੜੀ ਹੁਣੇ 2-3 ਸਾਲ ਪਹਿਲੇ ਨਵੀਂ ਬਣਾਈ ਗਈ ਹੈ, £200 ਮਿਲੀਅਨ ਲੱਗ ਕੇ, ਅਤੇ ਉਸ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ 550 ਸਾਜਿੰਦੇ ਜਿਹੜੇ ਵੱਖ ਵੱਖ ਧਰਮਾਂ ਦੇ ਹੋਣ ਅਤੇ ਉਹ ਆ ਕੇ ਗੁਰੂ ਮਹਾਰਾਜ ਜੀ ਉਸਤਤ ਗਾਇਨ ਕਰਨ ਅਤੇ ਇਸ ਪ੍ਰੋਗਰਾਮ ਨੂੰ ਅਸੀਂ BBC ਚਿਲਡਰਨ ਇਨ ਨੀਡ ਨੂੰ ਅਸੀਂ ਸਪੋਰਟ ਕਰ ਰਹੇ ਹਾਂ। ਇਨ ਰਿਟਰਨ BBC ਚਿਲਡਰਨ ਇਨ ਨੀਡ ਇਹ ਸਾਰੀ ਦੁਨੀਆ ਦੇ ਵਿੱਚ ਗੁਰੂ ਮਹਾਰਾਜ ਦਾ ਪੈਗਾਮ ਪਹੁੰਚਾਏਗਾ। ਇਸ ਦੇ ਵਿੱਚ ਤੁਸੀਂ ਜਿਵੇਂ ਦੱਸਿਆ ਕਿ ਵੱਖ ਵੱਖ ਜਿਹੜੇ ਧਰਮਾਂ ਦੇ ਜਿਹੜੇ 550 ਜਿਹੜੇ ਉਹ ਬੱਚੇ ਨੇ, ਲੇਕਿਨ ਇਹ ਜੋ ਦੇਖ ਰਹੇ ਹਾਂ ਸੁੰਦਰਤਾ ਜੀ ਥੋੜ੍ਹੀ ਵੱਖਰੀ ਹੈ, ਇਹ ਤੁਹਾਨੂੰ ਵੀ ਲੱਗਦਾ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਕਦੇ ਪਹਿਲਾਂ ਹੋਇਆ ਹੋਵੇਗਾ ਜਾਂ ਤੁਸੀਂ ਕੋਈ ਨਵਾਂ ਰੈਕੋਰਡ ਸਥਾਪਿਤ ਕਰਨ ਲੱਗੇ ਹੋ? ਨਹੀਂ, ਰੈਕੋਰਡ ਤਾਂ ਕੋਈ ਨਹੀਂ ਸਥਾਪਿਤ, ਗੁਰੂ ਮਹਾਰਾਜ ਦੀ ਕਿਰਪਾ ਹੈਗੀ ਹੈ। ਅਸੀਂ ਜਿੰਨੇ ਵੀ ਜੈਨੀ, ਬੋਧੀ, ਮੁਸਲਮਾਨ, ਆਪਣਾ ਜਿਹੜਾ ਜਿੰਨੇ ਵੀ ਕ੍ਰਿਸਚਨਸ ਹੈ, ਕੁਆਇਰ ਗਰੁੱਪ ਹੈ, ਸਾਰਿਆਂ ਨੂੰ ਸੱਦਾ ਦਿੱਤਾ ਹੈ ਕਿ ਆ ਕੇ ਗੁਰੂ ਮਹਾਰਾਜ ਦੀ ਉਸਤਤ ਕਰੋ। ਇਹ ਗੁਲਦਸਤਾ ਹੈ ਕਿਉਂਕਿ ਗੁਰੂ ਮਹਾਰਾਜ ਨੇ ਸਾਰੇ ਜੀਵਨ ਦੇ ਵਿੱਚ ਆਪਣੇ ਨਾਲ ਬਾਲਾ ਸਾਹਿਬ ਅਤੇ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਪੂਰੀ ਦੁਨੀਆ ਦਾ ਫੇਰੀ ਲਾਈ ਚੱਕਰ ਲਾਇਆ ਅਤੇ ਅਸੀਂ ਉਸ ਮੈਸੇਜ ਨੂੰ ਭੁੱਲੀ ਜਾ ਰਹੇ ਹਾਂ ਅਤੇ ਉਸ ਮੈਸੇਜ ਨੂੰ ਅਸੀਂ ਇੱਕ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਨਹੀਂ ਜੀ ਨਹੀਂ, ਅਸੀਂ ਇਕੱਠੇ ਹੋ ਕੇ ਕਿ ਜਿਹੜੀ ਕਮਿਊਨਿਟੀ ਕੋਹੀਜਨ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ ਅਤੇ ਉਸ ਦਾ ਅਸੀਂ ਇੱਕ ਉਪਰਾਲਾ ਕੀਤਾ, ਇੱਕ ਨਿਮਾਣਾ ਜਿਹਾ ਉਪਰਾਲਾ। ਬਹੁਤ ਬਹੁਤ ਧੰਨਵਾਦ ਜੀ। ਹੁਣ ਸਾਡੇ ਨਾਲ MP ਪ੍ਰੀਤ ਕੌਰ ਗਿੱਲ, ਭਾਵੇਂ ਕਿ ਹੁਣ MP ਇਹਨਾਂ ਨੂੰ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਲੈਕਸ਼ਨ ਜਿਹੜੀ ਆ ਉਹ ਡਿਊ ਹੈ, ਇਹ ਉਮੀਦਵਾਰ ਨੇ
ਲੇਬਰ ਪਾਰਟੀ ਵੱਲੋਂ ਇਸ ਬੱਸ ਸਟੈਂਡ ਹਲਕੇ ਤੋਂ। ਪ੍ਰੀਤ ਜੀ, ਤੁਸੀਂ ਕੀ ਕਹੋਗੇ ਅੱਜ ਦੇ ਇਸ ਈਵੈਂਟ ਬਾਰੇ? ਜਿਹੜਾ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਅਸੀਂ ਬਰਮਿੰਗਮ ਦੇ ਸੈਂਟਰਲ ਲਾਇਬ੍ਰੇਰੀ, ਜੋ ਸਭ ਤੋਂ ਵੱਡੀ ਲਾਇਬ੍ਰੇਰੀ ਹੈਗੀ ਆ, 550 ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦਾ ਮਨਾ ਰਹੇ ਹਾਂ। ਬੱਚਿਆਂ ਨੇ ਅਤੇ ਸਾਰੇ ਕੀਰਤਨੀ ਜੱਥੇ ਜਿੰਨੇ ਵੀ ਹੈਗੇ, 550 ਜਣਿਆਂ ਨੇ ਹਿੱਸਾ ਦਿੱਤਾ ਵੀ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਕੀਰਤਨ ਹੈਗਾ ਆ, ਸਾਡੇ ਪਿੱਛੇ ਸਰਤਾਰ ਵੱਜ ਰਹੇ, ਮੇਰੇ ਬੱਚੀਆਂ ਵੀ ਅੱਜ ਇਸ ਇੱਥੇ ਆਈਆਂ ਆ, ਪਾਰਟੀਸਪੇਟ ਕਰ ਰਹੀਆਂ। ਸੋ ਬਹੁਤ ਚੰਗਾ ਲੱਗਦਾ ਕਿ ਇੱਦਾਂ ਦੇ ਸੁੰਦਰ ਜਗ੍ਹਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜੋ ਅਸੀਂ 550 ਸਾਲ ਮਨਾ ਰਹੇ ਹਾਂ, ਵੀ ਕਿੰਨੇ ਲੋਕ ਅੱਜ ਆਏ ਆ, ਗੋਰੇ ਆਏ ਆ, ਕਿੰਨੇ ਡਿਫਰੈਂਟ ਕਮਿਊਨਿਟੀਜ਼ ਏ, ਇੰਟਰਫੇਥ ਕਮਿਊਨਿਟੀਜ਼ ਤੋਂ ਆਏ ਆ, ਸਾਰੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਮੈਸੇਜ ਆ, ਜਿਹੜਾ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਾਰੇ ਇੱਕ ਹਾਂ, ਹੈ ਨਾ, ਅਸੀਂ ਅੱਜ ਉਹ ਅਸੀਂ ਮਨਾ ਰਹੇ ਹਾਂ। ਸੋ ਬਹੁਤ ਚੰਗਾ ਲੱਗਦਾ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ।